ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਜਿੱਥੇ ਸੰਗਤਾਂ ਦੇ ਵਿੱਚ ਕਿਉਰਿਓਸਟੀ ਹੈ ਉੱਥੇ ਹਰ ਇੱਕ ਇਨਸਾਨ ਇਹ ਚਾਹੁੰਦਾ ਹੈ ਕਿ ਸਭ ਤੋਂ ਪਹਿਲੇ ਜਥੇ ਵਿੱਚ ਅਕਾਲ ਪੁਰਖ ਜੀ ਮੇਰਾ ਨੰਬਰ ਲੱਗ ਜਾਵੇ ਮਤਲਬ ਇੰਨੀ ਕਿਉਰਿਓਸਟੀ ਹੈ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਔਰ ਜੇ ਲੰਮੇ ਸਭੇ ਤੋਂ ਆਪਾਂ ਆਪਣੀਆਂ ਅਰਦਾਸਾਂ ਦੇ ਵਿੱਚ ਫਰਿਆਦਾਂ ਦੇ ਵਿੱਚ ਇਹੀ ਅਰਦਾਸ ਕਰਦੇ ਆਏ ਹਾਂ ਕਿ ਸੱਚੇ ਪਾਤਸ਼ਾਹ ਜੋ ਗੁਰਧਾਮ ਸਾਡੇ ਤੋਂ ਵਿਛੜ ਚੁੱਕੇ ਨੇ ਉਹਨਾਂ ਦੇ ਦੁਬਾਰਾ ਸਾਨੂੰ ਦਰਸ਼ਨ ਦੀਦਾਰ ਬਖਸ਼ਣਾ ਉਹ ਘੜੀ ਆ ਚੁੱਕੀ ਹੈ ਕਿ ਅਕਾਲ ਪੁਰਖ ਨੇ ਸਾਡੀ ਫਰਿਆਦ ਸਾਡੀ ਅਰਦਾਸ ਨੂੰ ਸੁਣ ਲਿਆ ਹੈ ਔਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ 9 ਨਵੰਬਰ ਨੂੰ ਬਕਾਇਦਾ ਤੌਰ ਤੇ ਇਸ ਲਾਂਗੇ ਦਾ ਮਹੂਰਤ ਵੀ ਕਰਨ ਲਈ ਆ ਰਹੇ ਨੇ ਔਰ ਇਸ ਲਾਂਗੇ ਨੂੰ ਪਬਲਿਕ ਦੇ ਹਵਾਲੇ ਕਰ ਦਿੱਤਾ ਜਾਵੇਗਾ ਪਰ ਇਨ ਬਿਟਵੀਨ ਹੀ ਕੈਪਟਨ ਸਾਹਿਬ ਦਾ ਇੱਕ ਬਿਆਨ ਆਇਆ ਸੁਰੱਖਿਆ ਨੂੰ ਲੈ ਕੇ ਜੇ ਸੁਰੱਖਿਆ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੀ ਸੁਰੱਖਿਆ ਹੋ ਸਕਦੀ ਹੈ ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਕਿਉਂਕਿ ਕੋਈ ਵੀ ਪਾਕਿਸਤਾਨ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਵੇਗਾ ਤੇ ਉਸ ਦੀ ਪੂਰੀ ਦੀ ਪੂਰੀ ਆਈਡੈਂਟੀਫਿਕੇਸ਼ਨ ਉਹਨਾਂ ਦੇ ਕੋਲ ਹੋਵੇਗੀ ਇਮੀਗ੍ਰੇਸ਼ਨ ਵਾਲਿਆਂ ਕੋਲ ਗੜਬੜ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਪਰ ਵਕਤ ਦੀ ਨਜ਼ਾਕਤ ਕੀ ਹੈ ਇਸ ਤੇ ਬਹੁਤ ਸਾਰੀਆਂ ਨਜ਼ਰਾਂ ਨੇ ਪਰ ਜਦੋਂ ਹੀ ਕੈਪਟਨ ਸਾਹਿਬ ਦਾ ਇਹ ਬਿਆਨ ਆਇਆ ਤਾਂ ਇਸ ਤੇ ਪ੍ਰਤੀਕਿਰਿਆ ਕੀਤੀ ਹੈ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਸਰਦਾਰ ਸੁਰਜੀਤ ਸਿੰਘ ਅਰਖੜਾ ਸਾਹਿਬ ਨੇ ਈਵਨ ਪੰਜਾਬੀ ਚੈਨਲ ਨਾਲ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ ਆਓ ਸੁਣਦੇ ਹਾਂ ਦੇਖੋ ਅੱਜ ਕੈਪਟਨ ਸਾਹਿਬ ਦਾ ਬਿਆਨ ਆਇਆ ਹੈ ਕਿ ਲਾਂਘਾ ਖੁੱਲਣ ਦੇ ਨਾਲ ਸਿਕਿਉਰਿਟੀ ਨੂੰ ਬੜਾ ਵੱਡਾ ਖਤਰਾ ਹੈ ਮੈਂ ਕਹਿੰਦਾ ਵੀ ਇਦੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਸਾਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਉਹ ਲੋਕਾਂ ਨੂੰ ਜਿਹੜੇ ਲੋਕਾਂ ਨੇ ਲੰਘਾਂ ਖੁੱਲਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਚਾਹੇ ਉਹ ਕੋਈ ਵੀ ਹੋਵੇ ਸਾਡੇ ਲਈ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਜੇ ਕੰਮ ਹੋਇਆ ਹੈ ਤਾਂ ਕਰਤਾਰਪੁਰ ਸਾਹਿਬ ਦਾ ਜੇ ਲੰਘਾ ਹੈ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੇ ਲਈ ਹੀ ਜਾਣਾ ਉੱਥੇ ਹਰ ਕੌਮ ਦੇ ਵਿੱਚ ਐਡੀ ਵੱਡੀ ਖੁਸ਼ੀ ਹੈ ਸਾਡੀ ਦੁਨੀਆ ਦੇ ਵਿੱਚ ਕਿਤੇ ਗੱਲ ਕਰਕੇ ਦੇਖੋ ਹਰ ਬੰਦਾ ਕਹਿੰਦਾ ਕਿ ਜਰਾ ਇਸ ਤੋਂ ਵਧੀਆ ਕੱਲ ਹੋ ਨਹੀਂ ਸਕਦੀ ਮੈਨੂੰ ਸਮਝਦਾ ਕਿ ਉਹਦੇ ਵਿੱਚ ਚਾਹੇ Imran Khan ਹੋਵੇ ਚਾਹੇ Sidhu Saab ਹੋਵੇ ਜੀ ਚਾਹੇ Harshmeet Kaur Badal ਹੋਵੇ ਚਾਹੇ Modi Saab ਹੋਣ ਜਿਹੜੇ ਜਿਹੜੇ ਲੋਕਾਂ ਨੇ ਵੀ ਉਹਦੇ ਵਿੱਚ ਕੰਟਰੀਬਿਊਟ ਕੀਤਾ ਹੈ ਸਾਨੂੰ ਤਾਂ ਉਹਦਾ ਰੋਮ ਰੋਮ ਰਣੀਆਂ ਆਸੀਂ ਅਸੀਂ ਤਾਂ ਧੰਨਵਾਦ ਕਰਦੇ ਨਹੀਂ ਥੱਕਦੇ ਹਾਂ ਕਿ ਜਿਹੜਾ ਇਹ ਲਾਂਗਾ ਖੁੱਲਿਆ ਹੈ ਸਾਡੇ ਲਈ ਇੱਕ ਨਿਯਮਤਾਈ ਗੱਲ ਹੈ ਸਾਨੂੰ ਤਾਂ ਹਰ ਬੰਦੇ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਜੋ ਕੈਪਟਨ ਸਾਹਿਬ ਜੋ ਇਹ ਗੱਲ ਕਹਿ ਰਹੇ ਨੇ ਅੱਗੋਂ ਵੀ ਛੜੇ ਲੜਾਈਆਂ ਚੱਲਦੀਆਂ ਨੇ ਅੱਜ ਵੀ ਉਹ ਜੰਮੂ ਕਸ਼ਮੀਰ ਚ ਹੋ ਰਿਹਾ ਇੱਥੇ ਆਪਣੇ ਕਿੰਨੇ ਵਾਰ ਹੋਈਆਂ ਨੇ ਤੇ ਅੱਜ ਵੀ ਮੈਂ ਸੁਣਿਆ ਕਿ ਕੋਈ ਕਹਿ ਰਹੇ ਕਿ ਉੱਥੇ ਬੰਦੇ ਆਏ ਨੇ ਸੋ ਇਹ ਲਾਂਗਾ ਤਾਂ ਹਰ ਬੰਦੇ ਨੇ ਸਿਕਿਉਰਿਟੀ ਬਿਧੀ ਲੰਘ ਕੇ ਜਾਣਾ ਹੈ ਸਿਕਿਉਰਿਟੀ ਬਿਧੀ ਬਾਅਦ ਤੋਂ ਹਰ ਬੰਦਾ ਆਈਡੈਂਟੀਫਾਈਡ ਹੈ ਤੇ ਕਿਵੇਂ ਆਪਾਂ ਇਹ ਸੋਚ ਸਕਦੇ ਹਾਂ ਗੱਲ ਕਿ ਆਪਾਂ ਚਾਹੁੰਦੇ ਕਿ ਲਾਂਗਾ ਬੰਦ ਹੋ ਜੇ ਸਾਡਾ ਕਹਿਣ ਤੋਂ ਜੇ ਆਪਾਂ ਦੇਖੀਏ ਕੀ ਮਤਲਬ ਆਪਾਂ ਸਮਝਦੇ ਹਾਂ ਕਿ ਜਿਹੜੀ ਚੀਜ਼ ਅਸੀਂ ਸੁੱਖਾਂ-ਸ਼ੋਕ ਕੇ ਲਈ ਕਿੰਨੇ ਸਾਲ ਜਾ ਕੇ ਆਪਾਂ ਅਰਦਾਸਾਂ ਕੀਤੀਆਂ ਉੱਥੇ ਕਿ ਲਾਂਗਾ ਖੁੱਲਣਾ ਚਾਹੀਦਾ ਹੈ ਅਜੋ ਲਾਂਗਾ ਖੁੱਲਿਆ ਹੈ ਅੱਜ ਆਪਾਂ ਕਿਹੜੀ ਸਰਚ ਕਰਨ ਲੱਗੇ ਸੋ ਇਸ ਗੱਲ ਦੀ ਜਿੰਨੀ ਕ ਡੈਮ ਕਰੀਓ ਓਨੀ ਥੋੜੀ ਹੈ ਬਿਊਰੋ ਰਿਪੋਰਟ ਪਟਿਆਲਾ